हेलो इंडिया, सत श्री अकाल सारयां नूं। अज आपां कूलर फैन पखे दे बॉश चेंज करना सिखांगे जी। ये आपां बॉश घरां च वी चेंज कर सकदे हां। प्लीज़ वीडियो नूं लाइक सबसक्राइब ते कमेंट करना जी। कमेंट जरूर करना जी, क्योंकि न्यू यूट्यूबर हाँ मैं। कमेंटा नाल मैनूं थोड़ा जिहा हौंसला मिलेगा। कोई गलत हुंदा काम उहदा वी कमेंट, जे सही हुंदा उहदा वी कमेंट करना ते नाल ही सबसक्राइब करना। ते आपां पहला टापा मगरला हटावांगे। ये आए हट गया टापा जी। उस तो बाद आपां आ नट खोलणे है जी। ये नट खुल गए है जी। हुण इस टापे नूं बाहर कढ़ांगे बुश चेंज करन लई। टापा बाहर निकलिया है जी। कूलर फैन पंखा जी, 3 फरां वाला। लाइक सबसक्राइब जरूर करना जी। ये आपां मगरला बॉश खोल लिया जी। आ देखो जी, मगरला बॉश है ये। इहनू आपां हुण चंगी तरह साफ करना। आ बॉश नाल आपां साफ करता इहनू। ये पिछला एक इस वीडियो च तुहानूं असीं एक बॉश ही चेंज करके दिखावांगे जी। हाँ जी, एक बॉश। इहनू इस तरह चंगी तरह नड़ा नूं खोल लेना। 3 नट हुंदे आ जी इहदे च। इहनां 3 नड़ां नूं खोलना जी आपां। कूलर फैन पंखा 3 नट इहनां नूं खोल लेना जी। ਇਹ ਆਪਾਂ 3 ਨਾਟ ਖੋਲ ਲਿਆ ਜੀ। ਆ ਦੇਖੋ ਜੀ, ਇਹਦੇ ਚੋਂ ਇੱਕ ਐਂ ਨਮਦਾ ਨਿਕਲੂਗਾ, ਨਮਦਾ ਏ। ਆ ਬੁਸ਼ ਆ ਜੀ, ਤੇ ਆ ਸਪਰਿੰਗ ਆ ਜੀ, ਜਿਹੜਾ ਬੁਸ਼ ਦੇ ਉੱਤੇ ਇਸ ਤਰ੍ਹਾਂ ਲੱਗਿਆ ਹੁੰਦਾ। ਹੁਣ ਇਸ ਤੋਂ ਬਾਅਦ ਬੁਸ਼ ਸਪਰਿੰਗ ਨੂੰ ਚੰਗੀ ਤਰ੍ਹਾਂ ਸਾਫ ਕਰ ਲੈਣਾ। ਜਿੱਥੇ ਬੁਸ਼ ਲਾਉਣਾ ਆਪਾਂ ਉਸ ਟਾਪੇ 'ਚ ਵੀ ਚੰਗੀ ਤਰ੍ਹਾਂ ਸਫਾਈ ਕਰਨੀ ਹੈ ਜੀ। ਮਿੱਟੀ ਮੁੱਟੀ ਲਾਹ ਦੇਣੀ ਆ। ਸਫਾਈ ਹੋ ਗਈ ਜੀ। ਹੁਣ ਆਪਣੇ ਕੋਲ ਆ ਨਿਊ ਬੁਸ਼ ਪੜਾ ਜੀ। ਇਹ ਨਵਾਂ ਬੁਸ਼ ਆਪਾਂ ਇੱਥੇ ਰੱਖ ਦੇਣਾ, ਇਸ ਲੋਕ ਇਸ ਤਰੀਕੇ ਨਾਲ ਰੱਖਣਾ ਜੀ। ਇਸ ਤਰੀਕੇ ਨਾਲ ਐਂ ਵਿੱਚ ਰੱਖਤਾ। ਹੁਣ ਇਹਦੇ ਉੱਤੋਂ ਦੀ ਇਹ ਨਮਦਾ ਜੀ, ਇਹ ਨਮਦੇ ਨੂੰ ਐਂ ਉੱਤੇ ਕਰ ਦੇਣਾ। ਇਹਦੇ ਬਹੁਤ ਸੌਖਾ ਤਰੀਕਾ ਜੀ, ਕੋਈ ਵਾਹਲਾ ਨਹੀਂ ਗਾ। ਬਸ ਥੋੜ੍ਹਾ ਜਿਹਾ ਪਿਆਰ ਨਾਲ ਇਹਨੂੰ ਕਰਨਾ ਚਾਹੀਦਾ। ਉਸ ਤੋਂ ਬਾਅਦ ਮੁਗਲਾਇਲ ਹੈ ਜੀ। ਇਹ ਮੁਗਲਾਇਲ ਇਹ ਨਮਦੇ ਦੇ ਉੱਤੇ ਐਂ ਪਾਉਣਾ ਆਪਾਂ ਚੰਗੀ ਤਰ੍ਹਾਂ। ਇਹਨੂੰ ਪੂਰਾ ਵਿੱਚ ਕਰ ਦੇਣਾ ਜੀ ਤੇਲ, ਜਿਹੜਾ ਬੁਸ਼ ਦੇ ਵਿੱਚ ਚਲਾ ਜਾਏ। ਨਮਦਾ ਪੂਰੀ ਤਰ੍ਹਾਂ ਕਰ ਦੇਣਾ ਜੀ। ਉਸ ਤੋਂ ਬਾਅਦ ਆਹ ਸਪਰਿੰਗ ਆ ਜੀ। ਸਪਰਿੰਗ ਨੂੰ ਜਿਹੜਾ ਆਹ ਪਾਸਾ, ਇੱਕ ਵੱਡਾ ਪਾਸਾ ਇੱਕ ਛੋਟਾ ਪਾਸਾ, ਇਹ ਬੁਸ਼ ਦੇ ਇਸ ਸਾਈਡ ਐਂ ਉੱਪਰ ਆ ਜਾਣਾ ਜੀ। ਪੂਰਾ ਆ ਲੱਗ ਗਿਆ ਜੀ ਉੱਪਰ ਪੂਰਾ। ਉਸ ਤੋਂ ਬਾਅਦ ਆ ਉੱਪਰਲੀ ਇਹਦੀ ਕੌਲੀ ਹੈ ਜੀ। ਇਹ ਇਸ ਸਲੋਟ ਆਪਾਂ ਰੱਖ ਲੈਣੀ ਹੈ ਜੀ। ਉਸ ਤੋਂ ਬਾਅਦ ਇਹਨੂੰ ਨੱਪਣਾ ਜੀ। ਨੱਪ ਕੇ 1 ਨਟ ਲਾਉਣਾ। ਪਲੀਜ਼ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਨਾ ਜੀ। ਪਲੀਜ਼ ਕਮੈਂਟ ਜ਼ਰੂਰ ਕਰਨਾ। ਇੱਕ ਹੱਥ ਨਾਲ ਥੋੜ੍ਹਾ ਜਿਹਾ ਨੱਪ ਕੇ ਰੱਖਣਾ ਜੀ। ਬਹੁਤ ਸੌਖਾ ਤਰੀਕਾ ਜੀ ਬੁਸ਼ ਪਾਉਣ ਦਾ ਇਹ। ਹੁਣ ਬੁਸ਼ ਨੂੰ ਪੇਚਕਸ ਨਾਲ ਥੋੜ੍ਹਾ ਜਿਹਾ ਸਿੱਧਾ ਕਰ ਲੈਣਾ ਜੀ। ਇਸ ਤੋਂ ਬਾਅਦ 3 ਨਟਾਂ ਨੂੰ ਟਾਈਟ ਕਰਨਾ ਥੋੜ੍ਹਾ ਥੋੜ੍ਹਾ, ਬਰਾਬਰ ਬਰਾਬਰ 3 ਨਟ ਬਰਾਬਰ ਬਰਾਬਰ ਟਾਈਟ ਕਰਨੀ ਹੈ ਜੀ। ਪੂਰੇ ਟਾਈਟ ਕਰ ਦਿਓ ਨਟ, 3 ਬਰਾਬਰ ਬਰਾਬਰ ਕਰਨੇ ਆ ਜੀ। ਕੋਈ ਨਟ ਇੱਕ ਅੱਧਾ ਵੱਧ ਨਹੀਂ ਕੱਸਣਾ, 3 ਇੱਕੋ ਜਿਹੇ ਕੱਸੀ ਜਾਣੇ ਆ। ਟਾਈਟ ਹੋ ਗਏ ਜੀ। ਇਸ ਤੋਂ ਬਾਅਦ ਥੋੜ੍ਹਾ ਜਿਹਾ ਮੁਗਲਾਇਲ ਹੋਰ ਪਾ ਦਿਓ ਇਹਦੇ 'ਚ। ਲਓ ਜੀ, ਇਹ ਆਪਾਂ ਇੱਕ ਪਾਸੇ ਦਾ ਕੂਲਰ ਫਰ ਪੱਖੇ ਦਾ ਬੁਸ਼ ਚੇਂਜ ਕਰਤਾ ਜੀ।
वीडियो लाइक सबसक्राइब जरूर करना। आ कूलर फरा पंखा है, यदा एक बॉश आप चेंज करता, ये तुम घर च भी चेंज करते हैं, जे मैं इतों कोई गलती हुई है तो कमेंट जरूर करना। प्लीज़ वीडियो लाइक सबसक्राइब करना, धन्यवाद।